ਫਾਜ਼ਿਲਕਾ ਦੇ ਅਗਰਵਾਲ ਕਮਿਊਨਿਟੀ ਹਾਲ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅਤੇ ਸਮਾਜਿਕ ਸੰਸਥਾਵਾਂ ਦੇ ਪਦਾਧਿਕਾਰੀਆਂ ਦੀ ਮੀਟਿੰਗ ਹੋਈ ਸੰਪੰਨ। ਸੀਨੀਅਰ ਚੋਣਾਂ ਦੇ ਲਈ ਸੰਜੀਵ ਮਾਰਸ਼ਲ ਨੂੰ ਦਿੱਤਾ ਸਮਰਥਨ। ਫਾਜ਼ਿਲਕਾ ਦੇ ਵਿੱਚ ਅੱਜ ਰਾਜਨੀਤਿਕ ਪਾਰਟੀਆਂ ਦੇ ਆਗੂ ਅਤੇ ਸਮਾਜਿਕ ਸੰਸਥਾਵਾਂ ਦੇ ਪਦਾਧਿਕਾਰੀਆਂ ਦੀ ਇੱਕ ਮੀਟਿੰਗ ਅਗਰਵਾਲ ਕਮਿਊਨਿਟੀ ਹਾਲ ਦੇ ਵਿੱਚ ਸੰਪੰਨ ਹੋਈ, ਜਿਸ ਦੇ ਵਿੱਚ ਸੀਨੀਅਰ ਚੋਣਾਂ ਦੇ ਲਈ ਆਪਣਾ ਭਾਗਿਆ ਅਜਮਾਰੇ ਮਾਰਸ਼ਲ ਅਕੈਡਮੀ ਦੇ ਸੰਚਾਲਕ ਸੰਜੀਵ ਮਾਰਸ਼ਲ ਨੂੰ ਸਮਰਥਨ ਦਿੱਤਾ ਗਿਆ। ਇਸ ਮੌਕੇ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰੰਜਮ ਕਾਂਬੜਾ, ਆਮ ਆਦਮੀ ਪਾਰਟੀ ਦੀ ਵਾਰਡ ਨੰਬਰ 21 ਤੋਂ MC ਪੂਜਾ ਲੂਤਰਾ ਸਜਦੇਵਾ ਅਤੇ ਹੋਰ ਵੀ ਸਮਾਜਿਕ ਸੰਸਥਾਵਾਂ ਦੇ ਪਦਾਧਿਕਾਰੀ ਮੌਜੂਦ ਰਹੇ, ਜਿਨ੍ਹਾਂ ਵੱਲੋਂ ਸੀਨੀਅਰ ਚੋਣਾਂ ਦੇ ਵਿੱਚ ਆਪਣਾ ਭਾਗਿਆ ਅਜਮਾਰੇ ਸੰਜੀਵ ਮਾਰਸ਼ਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਸੰਜੀਵ ਮਾਰਸ਼ਲ ਫਾਜ਼ਿਲਕਾ ਦੇ ਸਿੱਖਿਆ ਖੇਤਰ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਲਿਆ ਸਕਦੇ ਹਨ ਅਤੇ ਇਸ ਬਾਰਡਰ ਦੇ ਇਲਾਕੇ ਦੇ ਵਿੱਚ ਸਿੱਖਿਆ ਦੇ ਨਵੇਂ ਨਵੇਂ ਕੋਰਸ ਲਿਆ ਕੇ ਇੱਥੋਂ ਦੇ ਬੱਚਿਆਂ ਦਾ ਭਵਿੱਖ ਬਣਾ ਸਕਦੇ ਹਨ। ਅੱਜ ਅਸੀਂ ਸਾਰੇ ਅੱਜ ਸ਼ੁਰੂਆਤ ਕੀਤੀ ਹੈ ਸਾਡੇ ਵੱਡੇ ਭਰਾ ਸੰਜੀਵ ਮਾਰਸ਼ਲ ਜੀ ਨੇ ਸੈਨੇਟ ਦੇ ਇਲੈਕਸ਼ਨਸ ਦੀ, ਔਰ ਜਿਵੇਂ ਕਿ ਉਹ ਖੜ੍ਹੇ ਹੋਏ ਨੇ, ਮੈਂ ਸਮਝਣਾ ਕਿ ਉਹਨਾਂ ਨਾਲ ਜ਼ਿਆਦਾ ਸਾਨੂੰ ਉਹਨਾਂ ਦੀ ਸਿਸਟਮ ਦੇ ਵਿੱਚ ਪ੍ਰੈਜੈਂਸ ਦੀ ਲੋੜ ਹੈ। ਅਸੀਂ ਸਾਰੇ ਬੈਸਟ ਵਿਸ਼ਿਜ਼ ਉਹਨਾਂ ਨੂੰ ਦੇਣ ਵਾਸਤੇ ਪਲੱਸ ਆਪਦੀਆਂ ਸਰਵਿਸਿਜ਼ ਔਰ ਆਪਦੀ ਡਿਊਟੀਜ਼ ਲੈਣ ਵਾਸਤੇ ਅਸੀਂ ਅੱਜ ਇਹਨਾਂ ਕੋਲ ਆਏ ਹਾਂ ਕਿ ਇਹ ਫਾਜ਼ਿਲਕਾ ਦਾ ਜੋ ਪਿੱਛੇ ਸੰਦੀਪ ਧੂੜੀਆ ਜੀ ਨੂੰ ਜਿਤਾ ਕੇ ਪੰਜਾਬ ਦੇ ਵਿੱਚ ਇੱਕ ਰਿਕਾਰਡ ਬਣਾਇਆ ਗਿਆ, ਅਸੀਂ ਉਸ ਨਾਲੋਂ ਜ਼ਿਆਦਾ ਜੋਸ਼ ਉਸੇ ਚੀਜ਼ ਤੋਂ ਹੋਰ ਸੇਧ ਲੈਂਦੇ ਹੋਏ, ਕਿਉਂਕਿ ਜਿਹੜੇ ਸੈਨੇਟ ਦੇ ਇਲੈਕਸ਼ਨ ਨੇ ਔਰ ਜਿਹੜਾ ਇੱਥੋਂ ਨੁਮਾਇੰਦਾ ਚੁਣ ਕੇ ਜਾਂਦਾ ਹੈ, ਇਹ ਸਿੱਖਿਆ ਦਾ ਸਵਰੂਪ ਨੂੰ ਨਾਲ ਲੈ ਕੇ ਸਮਾਜ ਨੂੰ ਕਿਸ ਸੇਧ 'ਚ ਲੈ ਕੇ ਜਾਣਾ ਹੈ, ਔਰ ਇੱਕ ਬੜੀ ਕਹਿੰਦੀ ਅਹਿਮ ਭੂਮਿਕਾ ਹੈ। ਅਸੀਂ ਉਸ ਕਰਕੇ ਸਾਰੇ ਇਕੱਠੇ ਹੋ ਕੇ, ਫਾਜ਼ਿਲਕਾ ਸਾਰਾ ਇਕੱਠਾ ਹੋ ਕੇ, ਪਿਛਲੀ ਵੋਟਾਂ ਦੇ ਰਿਕਾਰਡ ਨੂੰ ਤੋੜ ਕੇ ਅਸੀਂ ਸੰਜੀਵ ਜੀ ਨੂੰ ਇੱਥੋਂ ਸੈਨੇਟਰ ਬਣਾ ਕੇ ਭੇਜਾਂਗੇ, ਔਰ ਅਸੀਂ ਆਪਦੀਆਂ ਬੈਸਟ ਵਿਸ਼ਿਜ਼ ਔਰ ਆਪਦੀਆਂ ਡਿਊਟੀਜ਼ ਜਿਹੜੀਆਂ ਨੇ ਉਹ ਲੈਣ ਵਾਸਤੇ ਸੰਜੀਵ ਜੀ ਕੋਲ ਆਏ। ਮਾਰਸ਼ਲ ਸਰ ਦੇ ਕੋਲ ਮੈਂ ਖੁਦ ਵੀ ਪੜ੍ਹੀ ਹੋਈ ਹਾਂ, ਅਤੇ ਜਦੋਂ ਸ਼ਹਿਰ ਦੇ ਵਿੱਚ ਫਸਟ ਟਾਈਮ ਜਿਮ ਖੋਲ੍ਹਿਆ ਗਿਆ ਸੀ ਤਾਂ ਬੜੀ ਚਰਚਾ ਹੋਈ ਸੀ ਕਿ ਮਾਰਸ਼ਲ ਜਿਮ ਖੋਲ੍ਹੀ ਗਈ ਹੈ, ਤਾਂ ਉਸ ਟਾਈਮ ਸਪੋਕਨ ਇੰਗਲਿਸ਼ ਦੇ ਵਾਸਤੇ ਵੀ ਮੈਂ ਸਰ ਕੋਲ ਆਈ ਸੀ, ਤਾਂ ਸਰ ਮੇਰੇ ਗੁਰੂ ਵੀ ਨੇ, ਔਰ ਮੈਂ ਅੱਜ ਫਾਜ਼ਿਲਕਾ ਵਾਸੀਆਂ ਨੂੰ ਇਹ ਅਪੀਲ ਕਰਾਂਗੀ ਕਿ ਜੋ ਸੈਨੇਟ ਦੀ ਇਲੈਕਸ਼ਨ ਹੋਣੀ ਨੇ ਉਹਦੇ ਵਿੱਚ ਜੋ 35 ਨੰਬਰ ਹੈ ਤਾਂ ਉਹਦੇ ਅੱਗੇ ਇੱਕ ਨੰਬਰ ਲਗਾ ਕੇ ਇੱਕ ਨੂੰ ਡੈਕੋਰੇਟ ਨਾ ਕੀਤਾ ਜਾਵੇ, ਸਿੰਪਲ ਇੱਕ ਮਤਲਬ ਗੰਢੀ ਉਹ ਲਗਾ ਕੇ ਇਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਵੇ ਅਤੇ ਸੈਨੇਟ ਦੀ ਇਲੈਕਸ਼ਨ ਇਹਨਾਂ ਨੂੰ ਵਿਨ ਕੀਤਾ ਜਾਵੇ, ਤਾਂ ਕਿ ਜੋ ਆਪਣੇ ਜੋ ਫਾਜ਼ਿਲਕਾ ਦੀ ਐਜੂਕੇਸ਼ਨ ਸਿਸਟਮ ਹੈ, ਆਪਣੇ ਕਾਲਜ ਦਾ ਸਿਸਟਮ ਹੈ, ਉਹਨੂੰ ਵੀ ਠੀਕ ਕੀਤਾ ਜਾ ਸਕੇ ਔਰ ਐਜੂਕੇਸ਼ਨ ਦੇ ਵਿੱਚ ਇੱਕ ਅੱਛਾ ਕੰਮ ਕੀਤਾ ਜਾ ਸਕੇ। ਮੈਂ ਸਾਰੇ ਇਹੀ ਕਹਿਣਾ ਚਾਹੂੰਗਾ ਵੀ ਫਾਜ਼ਿਲਕਾ ਸ਼ਹਿਰ ਖੁਸ਼ਕਿਸਮਤ ਆ ਵੀ ਫਾਜ਼ਿਲਕਾ ਨੂੰ ਇੱਕ ਇਹੋ ਜਿਹਾ ਨੁਮਾਇੰਦਾ ਮਿਲਿਆ ਜੋ ਕਿ ਬਹੁਤ ਚਿਰ ਬਾਅਦ, ਇਸ ਤੋਂ ਪਹਿਲਾਂ ਵੀ ਖੈਰ ਫਾਜ਼ਿਲਕਾ ਦੇ ਲਈ ਕੋਸ਼ਿਸ਼ਾਂ ਹੋਈਆਂ, ਕੰਮ ਹੋਇਆ, ਪਰ ਇੱਕ ਉਹ ਬੰਦਾ ਜਿਹੜਾ ਟਾਈਮ ਦੇ ਸਕਦਾ ਫਾਜ਼ਿਲਕਾ ਦੇ ਬੱਚਿਆਂ ਨੂੰ, ਫਾਜ਼ਿਲਕਾ ਦੇ ਭਵਿੱਖ ਨੂੰ ਸੰਭਾਲ ਸਕਦਾ, ਔਰ ਜਿਹੜਾ ਬੱਚਿਆਂ ਦੇ ਬੜਾ ਨੇੜੇ ਆ, ਖਾਸ ਕਰਕੇ ਜਿਹੜੇ ਸਾਡੇ ਰੂਰਲ ਏਰੀਆ ਦੇ ਬਾਰਡਰ ਦੇ ਪਿੰਡਾਂ ਦੇ ਬੱਚੇ ਆ, ਜਿਨ੍ਹਾਂ ਦੀ ਬਹੁਤ ਵੱਡੀ ਲੋੜ ਆ ਫਾਜ਼ਿਲਕਾ ਦੇ ਵਿੱਚ ਇੱਕ ਅੱਛਾ ਕਾਲਜ ਹੋਣਾ, ਔਰ ਆਲਰੇਡੀ ਮਾਰਸ਼ਲ ਸਰ ਉਹਨਾਂ ਬੱਚਿਆਂ ਨੂੰ ਲੀਡ ਕਰ ਰਹੇ ਆ, ਗਾਈਡ ਕਰ ਰਹੇ ਆ, ਅਤੇ ਜੇ ਇਸ ਤਰ੍ਹਾਂ ਦਾ ਨੁਮਾਇੰਦਾ ਫਾਜ਼ਿਲਕਾ ਨੂੰ ਯੂਨੀਵਰਸਿਟੀ ਦੇ ਵਿੱਚ ਲੀਡ ਕਰੂਗਾ, ਉੱਥੇ ਆਪਦੀ ਨੁਮਾਇੰਦਗੀ ਦਰਜ ਕਰਾਊਗਾ, ਤਾਂ ਫਾਜ਼ਿਲਕਾ ਦੀ ਖੁਸ਼ਕਿਸਮਤੀ ਹੋਊਗੀ ਔਰ ਆਉਣ ਵਾਲੇ ਟਾਈਮ ਦੇ ਫਾਜ਼ਿਲਕਾ ਦੇ ਵਿੱਚ ਅਸੀਂ ਖਾਸ ਕਰਕੇ ਐਜੂਕੇਸ਼ਨ ਸੈਕਟਰ ਦੇ ਵਿੱਚ ਵੱਡੇ ਬਦਲਾਅ ਵੇਖਣ ਨੂੰ ਸਾਨੂੰ ਮਿਲਣਗੇ। ਅੱਜ ਸਾਡੇ ਸ਼ਹਿਰ ਫਾਜ਼ਿਲਕਾ ਦੇ ਜਿੰਨੇ ਵੀ ਪੜ੍ਹੇ ਲਿਖੇ ਨੌਜਵਾਨ ਹਨ ਉਹਨਾਂ ਦੀ ਇੱਕ ਮੀਟਿੰਗ ਰੱਖੀ ਗਈ ਹੈ, ਉਹ ਸੈਨੇਟ ਦੇ ਇਲੈਕਸ਼ਨ ਦੇ ਸਿਲਸਿਲੇ 'ਚ ਰੱਖੀ ਗਈ ਹੈ, ਅਤੇ ਜਿਸ ਵਿੱਚ ਸਾਡੇ ਸ਼ਹਿਰ ਦਾ ਬਹੁਤ ਹੀ ਜ਼ਿਆਦਾ ਜਿਹੜਾ ਕਿ ਪਿਆਰਾ ਦੋਸਤ ਸਾਡਾ ਸੰਜੀਵ ਮਾਰਸ਼ਲ, ਜਿਹਨੇ ਕਿ ਯਾਨੀ ਕਿ ਬੀੜਾ ਚੱਕਿਆ ਸ਼ਿਕਸ਼ਾ ਦੇ ਖੇਤਰ ਨੂੰ ਉੱਚਾ ਲਿਜਾਣ ਵਾਸਤੇ, ਇਸ ਕਰਕੇ ਅਸੀਂ ਉਹਨੂੰ ਸੈਨੇਟ ਦੇ ਇਲੈਕਸ਼ਨ ਵਾਸਤੇ ਇੱਥੇ ਪ੍ਰਮੋਟ ਕਰਨ ਆਏ ਹਾਂ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜਿੰਨੀ ਵੀ ਸਾਡੀ ਫਾਜ਼ਿਲਕਾ ਦੀ ਜਨਤਾ ਹੈ ਜਾਂ ਸਾਡੇ ਪੰਜਾਬ ਦੀ ਜਨਤਾ ਹੈ, ਉਹ ਮਾਰਸ਼ਲ ਨੂੰ ਵੋਟ ਪਾਵੇ ਤਾਂ ਕਿ ਸਾਡੇ ਸ਼ਹਿਰ ਅਤੇ ਪੰਜਾਬ ਦਾ ਸਿੱਖਿਆ ਸਤਰ ਉੱਚਾ ਹੋ ਸਕੇ। ਅੱਜ ਸੰਜੀਵ ਮਾਰਸ਼ਲ ਜੀ ਨੇ ਇੱਕ ਬਹੁਤ ਹੰਗਾਮੀ ਮੀਟਿੰਗ ਰੱਖੀ ਕੋਵਿਡ ਦੇ ਨਿਯਮਾਂ ਅਨੁਸਾਰ, ਔਰ ਉਹਦੇ ਵਿੱਚ ਸਮਾਜ ਦੇ ਵੱਖ ਵੱਖ ਲੋਕ ਆਏ, ਪ੍ਰਤੀਨਿਧੀ ਆਏ, ਪਾਰਟੀ ਬਾਜੀ ਤੋਂ ਉੱਤੇ ਹੋ ਕੇ ਸਾਰਿਆਂ ਨੇ ਮਾਰਸ਼ਲ ਜੀ ਨੂੰ ਆਪਣਾ ਆਸ਼ੀਰਵਾਦ ਦਿੱਤਾ, ਤਨ ਮਨ ਧਨ, ਔਰ ਸਭ ਤਰੀਕੇ ਨਾਲ ਉਹ ਮਾਰਸ਼ਲ ਜੀ ਨਾਲ ਹੈ। ਮੈਨੂੰ ਭਰੋਸਾ ਹੈ ਕਿ ਇਹ ਜਿੱਤ ਹੀ ਨਹੀਂ, ਇਹ ਇਤਿਹਾਸਿਕ ਜਿੱਤ ਹੋਏਗੀ। ਧੰਨਵਾਦ। ਕੀਤਾ ਗਿਆ ਜੀ ਸੈਨੇਟ ਇਲੈਕਸ਼ਨ ਲਈ, ਤੁਸੀਂ ਉਹਨਾਂ ਨੂੰ ਆਪਣਾ ਆਸ਼ੀਰਵਾਦ ਕਿਸ ਤਰ੍ਹਾਂ ਦੇਣਾ ਚਾਹੁੰਦੇ?
मैं संजीव मार्शल इस तरीके नाल अपना आशीर्वाद देना चाहना। संजीव मार्शल मेरा बच्चा है ते समाज सेवा करदे नूं बहुत साल हो गए ने, जो असीं देख रहे हैं सारा समाज देख रहा है, सिर्फ अग्रवाल समाज ही नहीं सर्व समाज नूं आपां कहिंदे हां। ते जिन्ना के कम किया इन्होंने मैं दसे, इन्होंने इस बारी मैं अकेले मिले है एक महीना पहले, अभी दो घंटे खड़े ही रहे हैं तो मैं हैरान सी एक आदमी एनर्जेटिक भी हो सकता है। मैं खुद एनर्जेटिक समझता सी पर मित्र भी ज़्यादा एनर्जेटिक थे। मैं तो इन्हों से दुआई कराँगा, आशीर्वाद वड्डे आशीर्वाद ही दे सकते हैं भी ये बड़े अच्छे मार्ग नाल जितन ते परमात्मा दे नाल नाल आप सहायता करें। मैं धन्यवाद। ये मीटिंग जो सैनेट दे इलैक्शन है उदे विच ग्रैजुएट कॉन्स्टिट्यूएंसी तो मैं खड़ा होया, फाजिलका दे सारी समाजिक राजनीतिक धार्मिक साढ़े एडवोकेट्स अध्यापक वर्ग दे हल्लाशेरी दे नाल मैं खड़ा होया। उदे विच सारे वर्ग्स नूं जिहड़े साढ़े सारे पोलिटिकल ते रिलीजन रिलीजियस ग्रुप है और एजुकेशन दे ग्रुप्स है, टीचर साहबान ने और NGOs ने, उन्होंने अज सारे ने आके मैनू समर्थन दिता है और पुरजोर वोट की अपील सारे फाजिलका वास्ते की है। तो मैनू बड़ी उम्मीद है कि मेरा फाजिलका मेरे नाल, ये उम्मीद नहीं पूरा अटल विश्वास है कि अज मैनू जो हौसला दिता है उदे नाल मैं लड़ाई जिहड़ी है होर जोर नाल लड़ांगा। जिदा तुसीं देख रहे हो कि जिहड़े कोविड दे जिहड़े मामले वध रहे ने देश दे विच, ते की रणनीति तुहाडी रहेगी इलैक्शन नूं लैके? देखो ये अनसर्टिनिटी तो है ही, इलैक्शन दी डेट चेंज होंदी है किस तरह होंदी है, बट अगे भी पोस्टपोन होया सी इलैक्शन, बट हुण कोर्ट्स दी हाई कोर्ट दी ऑनरेबल हाई कोर्ट ने जदों इह कहा भी 2 महीने दे अंदर इलैक्शन कराओ, तो जो भी नई डेट्स आणगियां उहदे उपर उस हिसाब नाल काम किया जाएगा। इस करके जो भी कैंडीडेट है अपना काम थोड़ा जारी रख रहा है तो उस मद्देनज़र नूं रखदे हो भी थोड़ा एक्टिवेट वर्करस दे विच भी जरूरी है, तुहाडी टीम दे अंदर भी जरूरी है। इस वास्ते अज एक मीटिंग रखी भी शहर नूं अपने आशीर्वाद लैण वास्ते, साडे अध्यापक वर्ग साडे जो भी NGO है और सारे जो भी शहर के निवासी पतवंते सज्जन है उन्होंने अज आशीर्वाद दिता मैनूं। मैं सारा का बहुत बहुत धन्यवाद।